ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ। ਮੈਂ ਇੰਨੀ ਮਿਹਨਤ ਕਰਨ ਲੱਗੀ ਹਾਂ, ਬੜੀ ਮਿਹਨਤ ਕਰਨ ਲੱਗੀ ਇਸ ਚੈਨਲ ਵਾਸਤੇ, ਅਤੇ ਕੋਈ 3ਰਾ ਮਹੀਨਾ ਲੱਗ ਗਿਆ ਅਤੇ ਮੇਰਾ ਚੈਨਲ ਕਿੱਥੇ, ਮੇਰੀਆਂ 100 ਵੀਡੀਓ ਹੋ ਚੱਲੀਆਂ ਅਤੇ ਕੋਈ ਨਹੀਂ ਮੇਰਾ ਚੈਨਲ ਸਬਸਕ੍ਰਾਈਬ ਕਰਦਾ, ਅਤੇ ਉੱਥੇ ਦੀ ਉੱਥੇ ਹੀ ਮੇਰਾ ਮੇਰਾ ਬੜੀ ਮਾਯੂਸ ਵੀ ਹੋ ਜਾਂਦੀ ਹੈ। ਫਿਰ ਕਈ ਵਾਰੀ ਦਿਲ ਕਰਦਾ ਮੇਰਾ ਟੋਪ 'ਤੇ ਚੈਨਲ ਜਾਏ, ਤਾਂ ਪਲੀਜ਼ ਮੇਰਾ ਚੈਨਲ ਜਿਹੜੀ ਵੀਡੀਓ ਵੇਖਦੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਤਾਂ ਫਿਰ ਪੂਰੀ ਵੀਡੀਓ ਵੇਖਿਆ ਕਰੋ, ਨਾਲੇ ਵੀਡੀਓ ਵੀ ਪੂਰੀ ਵੇਖਿਆ ਕਰੋ। ਅੱਛਾ, ਮੈਂ ਵੀਡੀਓ ਬਣਾਉਣਾ ਕੋਈ ਆਸਾਨ ਕੰਮ ਨਹੀਂ, ਬੜਾ ਟਾਈਮ ਕੱਢਣਾ ਪੈਂਦਾ, ਅਤੇ ਮੈਂ ਫਿਰ ਕੁਛ ਮੈਨੂੰ ਸ਼ੌਕ ਵੀ ਹੈ ਮੇਰਾ ਚੈਨਲ ਚੱਲੇ, ਅਤੇ ਮੈਂ ਫਿਰ ਲੱਗੀ ਰਹਿੰਦੀ ਹਾਂ ਬਣਾਉਣ। ਅਤੇ ਮੈਂ ਲੋਕਾਂ ਦੀਆਂ ਵੀਡੀਓ ਵੇਖੀਆਂ, ਕੁਛ ਵੀ ਨਹੀਂ ਕਰਦੇ, ਤਾਂ ਬਸ ਐਵੇਂ ਉਹਨਾਂ ਦੇ ਉਹ ਕਿੱਥੇ ਹਜ਼ਾਰਾਂ 'ਚ ਵਿਊਜ਼ ਆਏ ਨੇ, ਅਤੇ ਮੇਰਾ ਤਾਂ ਮਸਾਂ 20, 30, 50 ਸਾਰਾ ਦਿਨ 2 ਦਿਨਾਂ ਜਾ ਕੇ 50, 60 ਪੂਰੇ ਹੁੰਦੇ ਨੇ, ਅਤੇ ਮੈਂ ਤਾਂ ਫਿਰ ਬੜੀ ਮਾਯੂਸ ਹੋ ਜਾਂਦੀ ਹਾਂ ਕਿ ਇੰਨੀ ਮਿਹਨਤ ਕਰਨ ਦਾ ਫਾਇਦਾ ਕੀ ਜੋ ਚੱਲਣਾ ਹੀ ਨਹੀਂ ਹੈ, ਅਤੇ ਫਿਰ ਮੈਂ ਨਹੀਂ ਹੋ ਸਕਦਾ ਅੱਲਾਹ ਤਾਲਾ ਕੋਈ ਕਰਮਕਾਰੀ ਦੇਣ। ਅਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਜਿਹੜੇ ਫੈਮਿਲੀ ਵਾਲੇ ਨੇ ਉਹ ਵੀ ਫਿਰ ਮੇਰਾ ਸਬਸਕ੍ਰਾਈਬ ਕਰ ਦੇਣ, ਅਤੇ ਪਲੀਜ਼। ਠੀਕ ਹੈ, ਮੈਂ ਹੁਣ ਜ਼ਰਾ ਰੋਟੀਆਂ ਦਾ ਪਹਿਲਾਂ ਇੱਥੋਂ ਸਾਫ਼ ਕਰਾਂ, ਫਿਰ ਰੋਟੀਆਂ ਬਣਾਵਾਂ, ਫਿਰ ਬਾਅਦ 'ਚ ਭਾਂਡੇ ਧੋਵਾਂਗੇ। ਅਸਲਾਮੁ ਅਲੈਕੁਮ, ਮੇਰੀ ਚਾਏ ਰੈਡੀ ਹੈ, ਹੋ ਰਹੀ ਹੈ, ਨਾਸ਼ਤਾ ਬਣਾ ਰਹੀ ਹਾਂ ਮੈਂ, ਸੁਬਹਾ ਸੁਬਹਾ ਦਾ ਬ੍ਰੇਕਫਾਸਟ ਟਾਈਮ। ਬਰੈਡਾਂ ਮੇਰੀਆਂ ਹੋ ਗਈਆਂ, ਅਤੇ ਹੁਣ ਇਹਨਾਂ ਨੂੰ ਮੈਂ ਪਹਿਲੇ ਬਟਰ ਲਾਵਾਂ। ਬਰੈਡਾਂ ਨੂੰ ਬਟਰ ਲੱਗ ਗਿਆ ਹੈ, ਬੜਾ ਯਮੀ ਹੈ, ਮੈਨੂੰ ਨਾਸ਼ਤਾ ਬਹੁਤ ਪਸੰਦ ਹੈ ਹੁਣ ਨਾਸ਼ਤਾ ਕਰਨਾ। ਕੱਲ੍ਹ ਭਾਂਡੇ ਧੋ, ਸ਼ਾਮੀ ਧੋਤੇ ਹੀ ਕੋਈ, ਥਕਾਵਟ ਹੀ ਬੜੀ ਹੋਈ ਸੀ, ਅਤੇ ਮੈਂ ਇਸ ਤਰ੍ਹਾਂ ਹੀ ਸੋ ਗਈ, ਇੰਨੀ ਤਬੀਅਤ ਖਰਾਬ ਹੋਈ ਸੀ ਥਕਾਵਟ ਨਾਲ, ਪਹਿਲਾ ਦਿਨ ਸੀ ਕੱਲ੍ਹ, ਅਤੇ ਫਿਰ ਵੀ ਲੱਗੀ ਰਹੀ ਹਾਂ ਕੰਮ ਸ਼ੰਮ। ਅਤੇ ਕਿਚਨ ਤਾਂ ਸਾਫ਼ ਕੀਤਾ ਸੀ, ਫਿਰ ਮੈਂ ਕਿਚਨ 'ਚ ਆਈ ਨਹੀਂ ਹੈ ਬਿਲਕੁਲ, ਤਾਂ ਉਹ ਫਿਰ ਇੰਨੀ ਥਕਾਵਟ ਹੋ ਗਈ ਸੀ, ਮੈਂ ਸੋ ਗਈ, ਅਤੇ ਮੈਂ ਕਿਹਾ ਚਲੋ ਹੁਣ ਧੋ ਲਾਂਗੀ, ਚਾਹ ਮੇਰੀ ਮਨ ਚੱਲੀ ਹੈ। ਮੈਨੂੰ ਨਾਸ਼ਤਾ ਬੜਾ ਪਸੰਦ ਹੈ, ਨਾਸ਼ਤੇ ਦਾ ਮੈਂ ਬੜਾ ਵੇਟ ਕਰਨੀ ਹੁੰਦੀ ਹਾਂ, ਬ੍ਰੈਡ ਖਾਣਾ ਸਾਰਾ ਦਿਨ, ਖਾਣਾ ਵੀ ਬਣਾਈਦਾ, ਸਾਰਾ ਕੁਛ ਕਰੀਦਾ, ਲੇਕਿਨ ਸੁਬਹਾ ਉੱਠ ਕੇ ਨਾਸ਼ਤਾ ਕਰਨਾ ਮੈਨੂੰ ਬੜਾ ਮਜ਼ਾ ਆਉਂਦਾ, ਨਾਸ਼ਤਾ ਮੇਰਾ ਫੇਵਰੇਟ। ਤਾਂ ਨਹੀਂ ਸ਼ਾਇਦ ਪੇਟ ਖਾਲੀ ਹੋਇਆ ਹੁੰਦਾ ਨਾ ਜਿਸ ਤਰ੍ਹਾਂ, ਅਤੇ ਦਿਲ ਕਰਦਾ ਕੋਈ ਅੱਛੀ ਜਿਹੀ ਚੀਜ਼ ਲੱਭੇ, ਤਾਂ ਮੈਨੂੰ ਅੱਛੀ ਚੀਜ਼ ਇਹੀ ਲੱਗਦੀ ਹੈ, ਅੰਡਾ ਅਤੇ ਬ੍ਰੈਡ, ਅਤੇ ਫਿਰ ਮੈਂ ਅੰਡਾ ਬ੍ਰੈਡ ਹੀ ਖਾਂਦੀ ਹਾਂ, ਮੈਂ ਹੋਰ ਚੀਜ਼ ਕੋਈ ਨਹੀਂ ਖਾਂਦੀ। ਅਤੇ ਇਹਨਾਂ ਦਾ ਅੰਡਾ ਬਣ ਗਿਆ, ਅਤੇ ਮੇਰਾ ਅੰਡਾ ਥੋੜ੍ਹਾ ਜਿਹਾ ਕੱਚਾ ਹੁੰਦਾ, ਉੱਤੇ ਕਾਲੀ ਮਿਰਚ ਅਤੇ ਨਮਕ ਪਾਇਆ ਮੈਂ, ਅਤੇ ਹੁਣ ਮੈਂ ਆਪਣਾ ਬਣਾਵਾਂ, ਅਤੇ ਇਹਦੇ ਤੋਂ ਹੁਣ ਮੈਂ ਪਾਵਾਂਗੀ ਨਮਕ, ਬਹੁਤ ਜ਼ਿਆਦਾ ਨਹੀਂ ਮੈਂ ਪਾਉਣਾ, ਅਤੇ ਕਾਲੀ ਮਿਰਚ, ਮਸਾਲਾ ਖਤਮ ਹੋ ਰਹੀ ਹੈ ਪਈ ਹੈ, ਨਿਕਲਦੀ ਨਹੀਂ ਪਈ, ਮੋਟੀ ਮੋਟੀ ਨਿਕਲਦੀ ਹੈ ਪਈ, ਚਲ ਰਹਿ ਨਹੀਂ ਦਿਓ, ਅਤੇ ਕਾਲੀ ਮਿਰਚ, ਅਤੇ ਹੁਣ ਮੈਂ ਰੱਖਾਂਗੀ ਮਾਈਕਰੋ 'ਚ। ਇਹ ਅੰਡਾ ਬਣਾਉਣ ਵਾਲਾ ਪਾਊਚ ਸਪੈਸ਼ਲ ਮਿਲਦਾ ਮਾਈਕਰੋਵੇਵ ਸੇਵ, ਮਾਈਕਰੋਵੇਵ 'ਚ ਬਣਾਉਣ ਵਾਸਤੇ ਹੁੰਦਾ ਹੈ, ਅਤੇ ਕਿਸੇ ਹੋਰ ਭਾਂਡੇ 'ਚ ਬਣਾਓ ਨਾ ਤਾਂ ਫਟ ਜਾਂਦਾ ਅੰਡਾ, ਇਹਦੇ 'ਚ ਫਟਦਾ ਨਹੀਂ ਹੈ, ਇਹਦੇ 'ਚ ਵੀ ਫਟ ਜਾਂਦਾ ਲੇਕਿਨ ਟਾਈਮਿੰਗ ਦੇ ਹਿਸਾਬ ਨਾਲ ਕਰੋ ਨਾ, ਅਤੇ ਵੈਸੇ ਬਣਾਓ ਤਾਂ ਉਹ ਫਿਰ ਬਾਰ ਬਾਰ ਚੈੱਕ ਕਰਨਾ ਪੈਂਦਾ, ਇਹਦੇ 'ਚ ਨਹੀਂ 40 ਸੈਕਿੰਡ ਅਤੇ ਆਰਾਮ ਨਾਲ ਚੈੱਕ ਕਰਨ ਤੋਂ ਬਗੈਰ ਅਸੀਂ ਪਕਾ ਸਕਦੇ ਹਾਂ। ਮੇਰੀ ਚਾਏ ਵੀ ਬਣ ਚੱਲੀ, ਮੇਰਾ ਫੇਵਰੇਟ ਬ੍ਰੇਕਫਾਸਟ ਅੰਡਾ ਬ੍ਰੈਡ ਚਾਏ,
ਰਜਾਈ ਨੂੰ ਵੀ ਉਬਾਲਾ ਆ ਗਿਆ ਅਤੇ ਮੈਂ ਥੋੜ੍ਹਾ ਜਿਹਾ ਹੋਰ ਇੱਕ ਵਾਰੀ ਕਰ ਲਵਾਂ ਓਨੀ ਦੇਰ, ਅਤੇ ਮੇਰਾ ਹਾਫ ਬੋਇਲ ਅੰਡਾ ਰੈਡੀ ਹੈ, ਮੈਂ ਹਾਫ ਖਾਂਦੀ ਹਾਂ ਬੋਇਲ, ਇਸ ਤਰ੍ਹਾਂ ਸਰਕਾ ਆਰਾਮ ਨਾਲ ਨਿਕਲ ਜਾਂਦਾ। ਜ਼ਰਦੀ ਕੱਚੀ ਬਿਲਕੁਲ, ਮੈਨੂੰ ਕੱਚੀ ਜ਼ਰਦੀ ਬਹੁਤ ਪਸੰਦ ਹੈ, ਜਦੋਂ ਬ੍ਰੈਡ ਲਾਇਓ ਨਾ ਤਾਂ ਇਸ ਤਰ੍ਹਾਂ ਟੁੱਟ ਕੇ ਸ਼ੋਰਬਾ ਬਾਹਰ ਆਉਂਦਾ, ਬੜਾ ਮਜ਼ੇਦਾਰ, ਬੜੀ ਮਜ਼ੇ ਦੀ ਲੱਗਦੀ। ਚਾਈਨ ਵੀ ਬਾਲਾ ਆ ਗਿਆ, ਸਹੀ ਰੰਗ ਨਿਕਲਿਆ ਹੈਗਾ, ਅਤੇ ਬਸ ਹੁਣ ਮੈਂ ਕੱਪਾਂ 'ਚ ਪਾਵਾਂ, ਬਹੁਤ ਜ਼ਿਆਦਾ ਨਹੀਂ ਪਕਾਉਣੀ। ਸਾਡਾ ਨਾਸ਼ਤਾ ਤਾਂ ਰੈਡੀ ਹੈ, ਅਤੇ ਸਮਰਾ ਦਾ ਐਂਡ 'ਤੇ ਥੋੜ੍ਹੀ ਜਿਹੀ ਚਾਹ ਦੇ ਵਿੱਚ ਨਾ ਦੁੱਧ ਹੋਰ ਪਾ ਕੇ, ਅਤੇ ਇਹਦਾ ਫੇਵਰੇਟ ਹੈ ਚਾਏ ਬਨ, ਸਮਰਾ ਚਾਏ ਬਨ ਖਾਂਦੀ ਹੈ, ਅਤੇ ਅਸੀਂ ਖਾਂਦੇ ਹਾਂ ਬ੍ਰੈਡ ਅੰਡਾ, ਅਤੇ ਸਮਰਾ ਨੂੰ ਫਿਰ ਮੈਂ ਥੋੜ੍ਹਾ ਜਿਹਾ ਦੁੱਧ ਪਾ ਕੇ ਨਾ, ਅਤੇ ਇਸ ਤਰ੍ਹਾਂ ਫਿਰ ਪਕਾ ਹਲਕਾ ਜਿਹਾ ਸੇਕ ਲਵਾ ਕੇ ਅਤੇ ਦੇ ਦਿੰਦੀ ਹੁੰਦੀ, ਚੀਨੀ ਵੀ ਪਾਈ ਹੈ ਨਾ, ਅਤੇ ਮੈਂ ਜ਼ਰਾ ਮਿਕਸ ਹੋਈ ਇਸ ਨੂੰ। ਲੁੱਕ ਯੂਅਰ ਚਾਏ ਰੈਡੀ ਹੈ, ਵਾਹ। ਚਲੋ ਚਲੋ ਜੀ, ਹੁਣ ਮੈਂ ਕੱਪ 'ਚ ਪਾਵਾਂ। ਯੂ ਹੈਪੀ ਵਿਦ ਚਾਏ ਬਨ? ਸਮਰਾ ਦੇ ਫੇਵਰੇਟ ਚਾਏ ਬਨ, ਅਤੇ ਬਨ ਪਰ ਥੋੜ੍ਹੇ ਚੇਂਜ ਹੋਏ ਨੇ, ਅਤੇ ਉਹ ਵਾਲੇ ਖਤਮ ਹੋਏ ਸੀ ਜਿਹੜੇ ਖਾਂਦੀ ਹੈ, ਅਤੇ ਇਹ ਵਾਲੇ ਲਏ ਨੇ ਇਹਦੇ ਡੈਡੀ, ਅਤੇ ਇਹਨੂੰ ਹੁਣ ਪਸੰਦ ਨਹੀਂ ਆਉਣ ਡੇ, ਅਤੇ ਬਸ ਹੁਣ ਗੁਜ਼ਾਰਾ ਤਾਂ ਕਰਨਾ ਹੈ ਨਾ, ਅਬ ਯਹੀ ਖਾਓ, ਤੋ ਫਿਰ ਡੈਡੀ ਔਰ ਲੈ ਕੇ ਆਏਗੇ ਨਾ, ਫਿਰ ਉਹ ਯੇ ਪਹਿਲੇ ਫਿਨਿਸ਼ ਕਰੋ। ਅੱਛਾ ਚਲੋ ਗੁੱਡ ਕਰੋ। ਅੱਜ ਮੈਂ ਬਣਾ ਰਹੀ ਹਾਂ ਆਲੂ ਅਤੇ ਪਿਆਜ਼, ਮੈਂ ਕਿਹਾ ਕੁਛ ਬਣਾ ਤਾਂ ਦਿਲ ਹੀ ਨਹੀਂ ਸੀ ਕਰਨ ਡਿਆ, ਸਮਝ ਨਹੀਂ ਸੀ ਆਉਣ ਡੀ, ਪਹਿਲੇ ਆਲੂ ਪਿਆਜ਼ ਥੋੜ੍ਹੇ ਲਾਲ ਕੀਤੇ ਨੇ, ਹਰੀਆਂ ਮਿਰਚਾਂ ਪਾ ਕੇ, ਹੁਣ ਆਲੂ ਵਿੱਚ ਪਾਏ ਨੇ ਥੋੜ੍ਹੇ, ਅਤੇ ਸਾਰਾ ਕੁਝ ਜਿਸ ਤਰ੍ਹਾਂ ਵਿੱਚ ਹੀ ਸੁੱਟੋ, ਜਦੋਂ ਨਾ ਦਿਲ ਕਰੇ ਉਦੋਂ ਇਸ ਤਰ੍ਹਾਂ ਪਕਾਇਆ ਕਰੋ। ਅਤੇ ਸ਼ਿਮਲਾ ਮਿਰਚ ਛੋਟੀ ਛੋਟੀ ਕੱਟੀ ਹੈ ਦੋ, ਉਹਨੇ ਵੀ ਭੁੰਨਣਾ ਥੋੜ੍ਹੀ ਜਿਹੀ, ਅਤੇ ਹੁਣ ਨਮਕ ਮਿਰਚ ਪਾ ਕੇ ਅਤੇ ਟਮਾਟਰ ਪਾ ਕੇ ਅਤੇ ਦਮ ਲਾ ਦਾਂਗੇ, ਅਤੇ ਦਮ ਵਿੱਚ ਸਾਰਾ ਕੁਛ ਗਲ ਜਾਏਗਾ, ਚੁੱਲ੍ਹਾ ਤੇਜ਼ ਕਰਕੇ ਇਹਨੂੰ ਕਰਨਾ, ਪਾਣੀ ਨਾ ਛੱਡਣ, ਪਾਣੀ ਜਿਹੜਾ ਨਾ ਸਬਜ਼ੀਆਂ ਨੂੰ ਛੱਡਣਾ ਨਹੀਂ ਚਾਹੀਦਾ, ਕਿਉਂਕਿ ਤੇਜ਼ ਅੱਗ 'ਤੇ ਪਕਾਓ ਨਾ ਫਿਰ ਸਿਰਫ ਭੁੱਜਦੀਆਂ ਨੇ ਸਹੀ ਤਰ੍ਹਾਂ, ਜਦੋਂ ਭੁੱਜ ਜਾਣਗੀਆਂ ਨਾ ਤਾਂ ਫਿਰ ਦਮ ਲਾਉਣਾ ਅਤੇ ਫਿਰ ਪਾਣੀ ਛੱਡਣਗੀਆਂ, ਅਤੇ ਪਹਿਲਾਂ ਹੀ ਹਲਕੀ ਅੱਗ ਕਰ ਦੇਣਾ, ਫਿਰ ਪਾਣੀ ਛੱਡਣਾ ਸ਼ੁਰੂ ਕਰ ਦਿੰਦੇ ਆ ਨਾ ਸਬਜ਼ੀਆਂ, ਤਾਂ ਸਹੀ ਤਰ੍ਹਾਂ ਭੁੱਜਦੀਆਂ ਨਹੀਂ ਹੈ। ਤੇਜ਼ ਅੱਗ 'ਤੇ ਭੁੰਨ ਕੇ ਨਮਕ ਮਿਰਚ ਹਲਦੀ ਵਗੈਰਾ ਸਾਰਾ ਕੁਛ ਹੁਣ ਪਾਵਾਂਗੇ, ਫਿਰ ਦਮ ਲਾ ਦਾਂਗੇ, ਫਿਰ ਆਪਣਾ ਪਾਣੀ ਸਬਜ਼ੀਆਂ ਛੱਡਣਗੀਆਂ, ਅਤੇ ਉਹਦੇ ਵਿੱਚ ਹੀ ਫਿਰ ਗਲ ਵੀ ਜਾਣਗੇ ਅੱਛੀ ਤਰ੍ਹਾਂ। ਹੁਣ ਥੋੜ੍ਹੀ ਦੇਰ ਇੱਕ ਮਿੰਟ ਹੋਰ ਭੁੰਨਾਂਗੇ, ਜਿਹੜਾ ਸਹੀ ਮਜ਼ੇ 'ਚ ਸਹੀ ਤਰ੍ਹਾਂ ਇਸ ਤਰ੍ਹਾਂ ਕ੍ਰਿਸਪੀ ਹੋ ਜਾਂਦੇ, ਬੜਾ ਮਜ਼ੇ ਦਾ ਸਾਲਨ ਬਣਦਾ। ਅਤੇ ਹੁਣ ਮੈਂ ਵਿੱਚ ਟਮਾਟਰ ਵੀ ਸੱਟਾਂ ਅਤੇ ਨਾਲ ਨਮਕ ਮਿਰਚ ਹਲਦੀ। ਮਾਸ਼ਾਅੱਲਾ ਮਾਸ਼ਾਅੱਲਾ, ਮੇਰਾ ਸਾਲਨ ਹੋ ਗਿਆ ਰੈਡੀ, ਬੜਾ ਮਜ਼ੇ ਦਾ ਬਣਿਆ, ਜ਼ਬਰਦਸਤ। ਚੁੱਲ੍ਹਾ ਮੈਂ ਬੰਦ ਕਰ ਦਿੱਤਾ, ਉਹੀ ਭੁੰਨ ਕੇ ਅਤੇ ਬਸ ਮੈਂ ਦਮ ਲਾ ਛੱਡਿਆ ਸੀ, ਅਤੇ ਉਹੀ ਆਪਣੇ ਪਾਣੀ 'ਚ ਗਲ ਗਿਆ, ਇੰਨਾ ਮਜ਼ੇ ਦਾ ਬਣਿਆ ਨਾ, ਅਤੇ ਮੇਰੇ ਅੱਜ ਕੰਮ ਇੰਨੇ ਪਏ ਨੇ ਅਤੇ ਮੇਰਾ ਦਿਲ ਨਹੀਂ ਕਰਨ ਡਿਆ, ਪਤਾ ਨਹੀਂ ਥਕਾਵਟ ਹੀ ਨਹੀਂ ਲੱਥਦੀ ਪਈ, ਤਬੀਅਤ ਹੀ ਨਹੀਂ ਸਹੀ ਹੋਣ ਡਈ, ਅਤੇ ਮੈਂ ਸਫਾਈਆਂ ਕਰਨ ਹਾਂਡੀਆਂ ਲਾਉਣ ਤਾਂ ਦਿਲ ਹੀ ਨਹੀਂ ਸੀ ਕਰਨ ਡਿਆ, ਅਤੇ ਜਦੋਂ ਹਾਂਡੀਆਂ ਲਾਵਾਂ ਤਾਂ ਜਾ ਕੇ ਕੋਈ ਹੋਰ ਕੰਮ ਕਰ ਲਵਾਂ, ਇਸੇ ਬਹਾਨੇ ਘਰ ਪੂਰਾ ਸਾਫ਼ ਹੋ ਗਿਆ। ਰਾਤੀ ਕੁੜੀਆਂ ਨੂੰ ਚਾਵਲ ਹੀ ਚਾਵਲ ਖਿਲਾ ਰਹੇ ਸਨ, ਸਾਰਾ ਓਵਰ ਸ਼ੋਵਰ ਮਾਰਿਆ ਭਾਂਡੇ ਧੋਣ 'ਤੇ, ਅਤੇ ਕਿਚਨ ਕਈ ਵਾਰੀ ਹੁੰਦਾ ਦਿਲ ਕਰਦਾ ਬਸ ਕਿਚਨ ਦਾ ਕੰਮ ਕਰੋ, ਅਤੇ ਕਈ ਵਾਰੀ ਦਿਲ ਕਰਦਾ ਸਫਾਈਆਂ ਦਾ ਕੰਮ, ਅੱਜ ਮੇਰਾ ਸਫਾਈਆਂ ਦਾ ਕੰਮ ਕਰਨ ਦਾ, ਬਾਥਰੂਮ ਸਾਰਾ ਤੋਂ ਬਲੀਚ ਮਾਰੀ, ਸਾਰਾ ਧੋਤਾ, ਸਫਾਈਆਂ ਚੰਗੀਆਂ ਕੀਤੀਆਂ ਪੂਰੇ ਘਰ ਦੀਆਂ, ਅਤੇ ਕਿਚਨ ਦਾ ਦਿਲ ਹੀ ਨਹੀਂ ਸੀ ਕਰਨ ਡਿਆ, ਮੈਂ ਸੀ ਬਾਹਰੋਂ ਖਾਣਾ ਲੈ ਆਵੋ, ਅਤੇ ਆਖਦੇ ਨੇ ਮੈਂ ਨਹੀਂ ਖਾਣਾ ਬਾਹਰ ਦਾ ਖਾਣਾ, ਅਤੇ ਮੈਂ ਕੁਛ ਖਾਣਾ ਹੀ ਨਹੀਂ ਫਿਰਨੀ, ਅਤੇ ਮੈਂ ਕਿਹਾ ਹਾਂ ਹਜੇ ਤਾਂ ਭੁੱਖੇ ਬਹਿ ਰਹਿਣਗੇ, ਫਿਰ ਮੈਂ ਜਲਦੀ ਨਾਲ ਉੱਠੀ ਹਾਂ, ਅਤੇ ਮੈਂ ਕਿਹਾ ਚੱਲ ਇਹੀ ਕੁਇਕ ਰੈਸਪੀ ਮੇਰੀ
ਇਹ ਟਰਾਈ ਕਰਨੀ ਆ। ਦੋ ਆਲੂ ਪਏ ਸਨ, ਉਹ ਮੈਂ ਜਲਦੀ ਨਾਲ ਉਹੀ ਭੁੰਨ ਲਏ ਵਿੱਚ ਸ਼ਿਮਲਾ ਮਿਰਚੀ ਪਾ ਕੇ, ਅਤੇ ਆਟਾ ਵੀ ਗੁੰਨਿਆ ਗਿਆ। ਹੁਣ ਬਸ ਰੋਟੀਆਂ ਬਣਾਉਣੀਆਂ ਹਨ, ਅਤੇ ਇੱਥੋਂ ਸ਼ੈਲਫ ਸਾਫ਼ ਕਰਾਂ ਅਤੇ ਰੋਟੀਆਂ ਬਣਾਵਾਂ, ਖਾ ਪੀ ਕੇ ਫਿਰ ਭਾਂਡੇ ਧੋਵਾਂਗੀ। ਸ਼ਾਮ ਤੱਕ ਇਨਸ਼ਾਅੱਲਾ ਸਾਰਾ ਕੰਮ ਮੁਕਾ ਛੱਡਣਾ। ਅਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਉ। ਮੈਂ ਇੰਨੀ ਮਿਹਨਤ ਕਰਨ ਲੱਗੀ ਹਾਂ, ਬੜੀ ਮਿਹਨਤ ਕਰਨ ਲੱਗੀ ਇਸ ਚੈਨਲ ਵਾਸਤੇ, ਅਤੇ ਕੋਈ ਤੀਸਰਾ ਮਹੀਨਾ ਲੱਗ ਗਿਆ ਅਤੇ ਮੇਰਾ ਚੈਨਲ ਕਿੱਥੇ, ਮੇਰੀਆਂ 100 ਵੀਡੀਓ ਹੋ ਚੱਲੀਆਂ, ਅਤੇ ਕੋਈ ਨਹੀਂ ਮੇਰਾ ਚੈਨਲ ਸਬਸਕ੍ਰਾਈਬ ਕਰਦਾ, ਅਤੇ ਉੱਥੇ ਦੀ ਉੱਥੇ ਹੀ ਮੇਰਾ ਬੜੀ ਮਾਯੂਸ ਵੀ ਹੋ ਜਾਂਦੀ ਹੈ ਫਿਰ ਕਈ ਵਾਰੀ, ਦਿਲ ਕਰਦਾ ਮੇਰਾ ਟੋਪ 'ਤੇ ਚੈਨਲ ਜਾਏ। ਅਤੇ ਪਲੀਜ਼ ਮੇਰਾ ਚੈਨਲ ਜਿਹੜੀ ਵੀਡੀਓ ਵੇਖਦੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਅਤੇ ਫਿਰ ਪੂਰੀ ਵੀਡੀਓ ਵੇਖਿਆ ਕਰੋ, ਨਾਲੇ ਵੀਡੀਓ ਵੀ ਪੂਰੀ ਵੇਖਿਆ ਕਰੋ। ਅੱਛਾ, ਮੈਂ ਵੀਡੀਓ ਬਣਾਉਣਾ ਕੋਈ ਆਸਾਨ ਕੰਮ ਨਹੀਂ, ਬੜਾ ਟਾਈਮ ਕੱਢਣਾ ਪੈਂਦਾ, ਅਤੇ ਮੈਂ ਫਿਰ ਕੁਛ, ਮੈਨੂੰ ਸ਼ੌਕ ਵੀ ਹੈ ਮੇਰਾ ਚੈਨਲ ਚੱਲੇ, ਅਤੇ ਮੈਂ ਫਿਰ ਲੱਗੀ ਰਹਿੰਦੀ ਹਾਂ ਬਣਾਉਣ। ਅਤੇ ਮੈਂ ਲੋਕਾਂ ਦੀਆਂ ਵੀਡੀਓ ਵੇਖੀਆਂ, ਕੁਛ ਵੀ ਨਹੀਂ ਕਰਦੇ ਤਾਂ ਬਸ ਐਵੇਂ ਉਹਨਾਂ ਦੇ ਉਹ ਕਿੱਥੇ ਹਜ਼ਾਰਾਂ 'ਚ ਵਿਊਜ਼ ਆਏ ਨੇ, ਅਤੇ ਮੇਰਾ ਤਾਂ ਮਸਾਂ 20-30-50, ਸਾਰਾ ਦਿਨ 2 ਦਿਨਾਂ ਜਾ ਕੇ 50-60 ਪੂਰੇ ਹੁੰਦੇ ਨੇ, ਅਤੇ ਮੈਂ ਤਾਂ ਫਿਰ ਬੜੀ ਮਾਯੂਸ ਹੋ ਜਾਂਦੀ ਹਾਂ ਕਿ ਇੰਨੀ ਮਿਹਨਤ ਕਰਨ ਦਾ ਫਾਇਦਾ ਕੀ, ਜੇ ਚੱਲਣਾ ਹੀ ਨਹੀਂ ਹੈ ਤਾਂ ਫਿਰ ਮੈਂ ਨਹੀਂ ਹੋ ਸਕਦਾ। ਅੱਲਾਹ ਤਾਲਾ ਕੋਈ ਕਰਮਕਾਰੀ ਦੇਣ, ਅਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਜਿਹੜੇ ਫੈਮਿਲੀ ਵਾਲੇ ਨੇ ਉਹ ਵੀ ਫਿਰ ਮੇਰਾ ਸਬਸਕ੍ਰਾਈਬ ਕਰ ਦੇਣ। ਅਤੇ ਪਲੀਜ਼ ਠੀਕ ਹੈ, ਮੈਂ ਹੁਣ ਜ਼ਰਾ ਰੋਟੀਆਂ ਦਾ ਪਹਿਲਾਂ ਇੱਥੋਂ ਸਾਫ਼ ਕਰਾਂ, ਫਿਰ ਰੋਟੀਆਂ ਬਣਾਵਾਂ, ਫਿਰ ਬਾਅਦ 'ਚ ਭਾਂਡੇ ਧੋਵਾਂਗੀ। ਮੈਂ ਹੁਣ ਲੱਗੀ ਹਾਂ ਇਹਨਾਂ ਦੇ ਕੱਪੜੇ ਇਸਤਰੀ ਕਰਨ, ਅਤੇ ਰਮੇਸ਼ਾ ਨੇ ਮਾਰੀ ਹੈ ਥੋੜ੍ਹੀ ਜਿਹੀ ਇਸਤਰੀ, ਅਤੇ ਬੇਕਾਰ ਹਾਲੀ ਮਾਰਨੀ, ਸੋਨਾ ਆਉਂਦੇ ਕੱਪੜੇ ਇਸਤਰੀ ਨਹੀਂ ਕਰਨੇ ਆਉਂਦੇ ਸੀ। ਮੈਂ ਜ਼ਰਾ ਮੈਂ ਆਪੇ ਹੀ ਸਹੀ ਤਰ੍ਹਾਂ ਕਰਾਂ। ਕੱਪੜੇ ਹੋ ਗਏ ਨੇ ਇਸਤਰੀ, ਅਤੇ ਹੁਣ ਥਕਾਵਟ ਬੜੀ ਹੋ ਗਈ ਹੈ, ਕਿੰਨੇ ਕੰਮ ਨੇ ਕਿਤੇ, ਕੱਪੜੇ ਹੋਰ ਧੋ ਕੇ ਅਤੇ ਸੁੱਕਣੇ ਪਾਏ, ਅਤੇ ਹੋਰ ਭਾਂਡੇ ਛਾਂਡੇ ਧੋਣ ਵਾਲੇ ਰਹਿ ਗਏ ਨੇ। ਬਸ ਖਾਣਾ ਛਾਣਾ ਲੰਚ ਕੀਤਾ, ਅਤੇ ਭਾਂਡੇ ਧੋਣ 'ਤੇ ਬਿਲਕੁਲ ਨਹੀਂ ਦਿਲ ਕਰਨ ਡਿਆ। ਅਤੇ ਲੀਨਾ ਸਮਰਾ ਮੈਡਮ ਦੇ ਨਾ ਕੰਮ ਵੇਖੋ, ਬਿਲਕੁਲ ਨਹੀਂ ਕਰਨ 'ਤੇ ਦਿਲ ਕਰਨ ਡਿਆ। ਕੱਪੜੇ ਪੈਂਟਾਂ ਪਾਈਆਂ ਨੇ ਇਹਨਾਂ ਦੀਆਂ ਉੱਪਰ ਸੁੱਕਣੇ, ਅਤੇ ਉਹ ਇਸਤਰੀ ਕਿਤੇ ਨੇ ਇਹਨਾਂ ਦੇ ਕੱਪੜੇ, ਅਤੇ ਉਹ ਥੋੜ੍ਹੇ ਥੋੜ੍ਹੇ ਗਿੱਲੇ ਪਜਾਮੇ, ਅਤੇ ਮੈਂ ਕਿਹਾ ਇਸਤਰੀ ਸਟੈਂਡ 'ਤੇ ਥੋੜ੍ਹੀ ਦੇਰ ਪਾਵਾਂਗੇ, ਸੁੱਕ ਜਾਣਗੇ, ਫਿਰ ਚੁੱਕਾਂਗੀ ਰੱਖਾਂਗੀ ਸਫਾਈਆਂ ਵਗੈਰਾ। ਫਿਰ ਮੈਂ ਕਿਹਾ ਹੁਣ ਉਹ ਘਰ ਤਾਂ ਸਾਫ਼ ਹੋਏ ਭਾਂਡੇ, ਅਤੇ ਫਿਰ ਬਾਅਦ ਵਿੱਚ ਵੀ ਬੰਦਾ ਧੋਏ, ਸ਼ਾਮ ਨੂੰ ਤਿੱਕਰ ਧੋ ਹੀ ਲਵਾਂਗੀ, ਧੋ ਕੇ ਹੀ ਜ਼ਾਹਿਰ ਸੋਹਣਾ, ਇੰਨੇ ਭਾਂਡੇ ਧੋ, ਬਹੁਤ ਡਰ ਲੱਗਦਾ ਮੈਂ ਕਿਚਨ 'ਚ। ਇਨਸ਼ਾਅੱਲਾ ਡਿਸ਼ਵਾਸ਼ਰ ਦਾ ਕੁਛ ਕਰਨਾ, ਅਤੇ ਔਰ ਪਲੀਜ਼ ਮੇਰਾ ਚੈਨਲ 'ਤੇ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਕੀਤਾ, ਅਤੇ ਹੋਰ ਅੱਛੇ ਅੱਛੇ ਵਲੋਗ ਮਿਲਣਗੇ ਇਨਸ਼ਾਅੱਲਾ।